ਸਰਵਿਸ ਭਾਰਤ ਦੇ ਵਿੱਚ ਬੰਦ ਕਰ ਸਕਦਾ ਹੈ। ਅਜਿਹਾ ਮਾਮਲਾ ਕੋਰਟ ਦੇ ਵਿੱਚ ਪਹੁੰਚਿਆ ਹੈ। ਦਰਅਸਲ ਨਵੇਂ ਆਈਟੀ ਨਿਯਮਾਂ ਦੇ ਇੱਕ ਆਰਟੀਕਲ ਨੂੰ ਲੈ ਕੇ ਲਗਾਤਾਰ ਵਟਸਐਪ ਦੇ ਵੱਲੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਸਾਨੂੰ ਐਂਡ ਟੂ ਐਂਡ ਇਨਸਕ੍ਰਿਪਸ਼ਨ ਖੋਲ੍ਹਣ ਦੇ ਲਈ ਜ਼ਿਆਦਾ ਦਬਾਅ ਬਣਾਇਆ ਤਾਂ ਅਸੀਂ ਭਾਰਤ ਛੱਡ ਦੇਵਾਂਗੇ। ਦੱਸ ਦਈਏ ਕਿ ਮੈਟਾ ਦੇ ਵੱਲੋਂ ਦੋ ਵੱਡੇ ਸੋਸ਼ਲ ਮੀਡੀਆ ਐਪ ਜਿਹੜੇ ਨੇ ਉਹ ਹੈਂਡਲ ਕੀਤੇ ਜਾਂਦੇ ਨੇ, ਇੱਕ ਵਟਸਐਪ ਅਤੇ ਇੱਕ ਫੇਸਬੁੱਕ, ਜਿਸ ਦੇ ਚਲਦਿਆਂ ਜਿਹੜੇ ਨਵੇਂ ਆਈਟੀ ਨਿਯਮ ਨੇ, ਇਹ ਜੋ ਦਲੀਲ ਹੈ ਇਹ ਵਟਸਐਪ ਦੇ ਵਕੀਲ ਦੇ ਵੱਲੋਂ ਦਿੱਤੀ ਗਈ ਹੈ ਕਿ ਜੇਕਰ ਦਬਾਅ ਬਣਾਇਆ ਗਿਆ ਤਾਂ ਉਹ ਭਾਰਤ ਦੇ ਵਿੱਚ ਆਪਣੀ ਸਰਵਿਸ ਬੰਦ ਕਰ ਦੇਣਗੇ, ਕਿਉਂਕਿ ਉਹਨਾਂ ਦੇ ਵਕੀਲ ਦਾ ਇਹ ਮੰਨਣਾ ਹੈ ਕਿ ਜੇਕਰ ਐਂਡ ਟੂ ਐਂਡ ਇਨਸਕ੍ਰਿਪਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਮੈਸੇਜ ਦੇ ਸੋਰਸ ਦਾ ਪਤਾ ਲੱਗ ਜਾਏਗਾ, ਜਿਸ ਦੇ ਚਲਦਿਆਂ ਪ੍ਰਾਈਵਸੀ ਵੀ ਬ੍ਰੀਚ ਹੋ ਸਕਦੀ ਹੈ ਆਰਟੀਕਲ 21, ਕਿਉਂਕਿ ਤੁਹਾਡੀ ਵਟਸਐਪ ਦੇ ਉੱਤੇ ਜੋ ਚੈਟ ਹੁੰਦੀ ਹੈ ਉਸਨੂੰ ਤੁਹਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਪੜ੍ਹ ਸਕਦਾ। ਪਰ ਜੇਕਰ ਐਂਡ ਟੂ ਐਂਡ ਇਨਸਕ੍ਰਿਪਸ਼ਨ ਦੀ ਆਪਸ਼ਨ ਬੰਦ ਹੋ ਜਾਂਦੀ ਹੈ ਤਾਂ ਵਟਸਐਪ ਦੇ ਵਕੀਲਾਂ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਫਿਰ ਲੋਕਾਂ ਦੀ ਪ੍ਰਾਈਵਸੀ ਨਹੀਂ ਰਹੇਗੀ, ਉਹਨਾਂ ਦਾ ਪਰਸਨਲ ਡਾਟਾ ਵੀ ਲੀਕ ਹੋ ਸਕਦਾ ਹੈ। ਅਤੇ ਜੇਕਰ ਸਾਡੇ ਉੱਤੇ ਇਹ ਦਬਾਅ ਬਣਾਇਆ ਗਿਆ ਤਾਂ ਅਸੀਂ ਭਾਰਤ ਦੇ ਵਿੱਚ ਸੇਵਾਵਾਂ ਬੰਦ ਕਰ ਦੇਵਾਂਗੇ। ਉਹਨਾਂ ਨੇ ਕਿਹਾ ਕਿ ਬ੍ਰਾਜ਼ੀਲ ਦੇ ਵਿੱਚ ਵੀ ਅਜਿਹਾ ਨਹੀਂ ਹੁੰਦਾ। ਤਾਂ ਦੱਸ ਦਈਏ ਕਿ ਇੱਕ ਕੇਸ ਜਿਹੜਾ ਹੈ ਉਹ, ਕਿਉਂਕਿ ਨਵੇਂ ਆਈਟੀ ਨਿਯਮ 2021 ਆਏ, ਜਿਸ ਤੋਂ ਬਾਅਦ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਵਿੱਚ ਕੁਝ ਚੇਂਜਿਸ ਕਰਨ ਦੇ ਲਈ ਕਿਹਾ ਜਾ ਰਿਹਾ ਸੀ, ਉਹਨਾਂ ਦੀਆਂ ਕੁਝ ਆਪਸ਼ਨਸ ਦੇ ਵਿੱਚ ਚੇਂਜਿਸ ਕਰਨ ਦੇ ਲਈ ਕਿਹਾ ਜਾ ਰਿਹਾ ਸੀ, ਪਰ ਉਹਨਾਂ ਦੇ ਵਕੀਲਾਂ ਨੇ ਕੁਝ ਦਲੀਲਾਂ ਪੇਸ਼ ਕੀਤੀਆਂ ਨੇ। ਉਹਨਾਂ ਨੇ ਦੱਸਿਆ ਕਿ ਉਹ ਆਰਟੀਕਲ ਜਾਂ ਉਹ ਅਧਿਕਾਰ ਜਿਹੜੇ ਲੋਕਾਂ ਦੇ ਜਾਂ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਦੀ ਰੱਖਿਆ ਕਰਦੇ ਨੇ, ਉਹਨਾਂ ਦੀ ਵਾਇਲੇਸ਼ਨ ਹੋਏਗੀ ਜੇਕਰ ਅਸੀਂ ਐਂਡ ਟੂ ਐਂਡ ਇਨਸਕ੍ਰਿਪਸ਼ਨ ਨੂੰ ਖਤਮ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਸਰਕਾਰੀ ਵਕੀਲਾਂ ਦੀਆਂ ਵੀ ਦਲੀਲਾਂ ਸਾਹਮਣੇ ਆਈਆਂ। ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਇੱਕ ਤਾਂ ਸਮਾਂ ਆਏਗਾ ਨਾ ਜਦੋਂ ਤੁਹਾਨੂੰ ਇਹ ਦੱਸਣਾ ਪਏਗਾ ਕਿ ਇਹ ਮੈਸੇਜ ਆਖਿਰਕਾਰ ਸ਼ੁਰੂ ਕਿੱਥੋਂ ਹੋਇਆ, ਇਹਦਾ ਅਸਲ ਸੋਰਸ ਕੀ ਹੈ। ਪਰ ਉੱਧਰ ਹੀ ਵਟਸਐਪ ਦੇ ਵਕੀਲਾਂ ਦੀਆਂ ਇਹ ਦਲੀਲਾਂ ਨੇ ਕਿ ਇਸ ਦੇ ਲਈ ਸਾਨੂੰ ਫਿਰ ਕਰੋੜਾਂ ਮੈਸੇਜ ਸੰਭਾਲ ਕੇ ਰੱਖਣੇ ਪੈਣਗੇ ਜਿਹੜੇ ਪੋਸੀਬਲ ਨਹੀਂ ਹਨ। ਤਾਂ ਦੱਸ ਦਈਏ ਕਿ ਵਟਸਐਪ ਦੇ ਵਿੱਚ ਜਾਂ ਹੋਰ ਸੋਸ਼ਲ ਮੀਡੀਆ ਜਿਹੜੀਆਂ ਐਪਸ ਨੇ ਉਹਨਾਂ ਦੇ ਵਿੱਚ ਲਗਾਤਾਰ ਅਪਡੇਸ਼ਨ ਹੁੰਦੀ ਰਹਿੰਦੀ ਹੈ। ਕਈ ਵਾਰ ਆਈਕਨਸ ਬਦਲ ਜਾਂਦੇ ਨੇ ਜਾਂ ਕਈ ਵਾਰ ਆਪਸ਼ਨਸ ਚੇਂਜ ਹੋ ਜਾਂਦੀਆਂ ਨੇ, ਨਵੇਂ ਨਵੇਂ ਫੀਚਰਸ ਆਉਂਦੇ ਰਹਿੰਦੇ ਨੇ, ਮੈਸੇਜ ਡਿਸਪੀਅਰਿੰਗ 'ਤੇ ਲੱਗ ਸਕਦੇ ਨੇ ਜਾਂ ਫਿਰ ਉਹ ਜਿਹੜੇ ਮੈਸੇਜ ਨੇ ਉਹ 15 ਤੋਂ 20 ਮਿੰਟ ਦੇ ਗੈਪ ਦੇ ਨਾਲ ਐਡਿਟ ਹੋ ਸਕਦੇ ਨੇ, ਡਿਲੀਟ ਹੋ ਸਕਦੇ ਨੇ, ਔਰ ਹੋਰ ਵੀ ਬਹੁਤ ਸਾਰੀਆਂ ਪ੍ਰਾਈਵੇਸੀ ਵਾਲੀਆਂ ਆਪਸ਼ਨਸ ਵਟਸਐਪ ਜਾਂ ਫੇਸਬੁੱਕ ਆਪਣੇ ਯੂਜ਼ਰਸ ਨੂੰ ਦਿੰਦਾ। ਅਤੇ ਜੇਕਰ ਉਹ ਆਪਸ਼ਨਸ ਬੰਦ ਹੁੰਦੀਆਂ ਨੇ ਤਾਂ ਲੋਕਾਂ ਦਾ ਪਰਸਨਲ ਡਾਟਾ ਵੀ ਲੀਕ ਹੋ ਸਕਦਾ। ਇਹ ਦਲੀਲਾਂ ਵਟਸਐਪ ਦੇ ਵਕੀਲਾਂ ਦੇ ਵੱਲੋਂ ਕੋਰਟ ਦੇ ਵਿੱਚ ਦਿੱਤੀਆਂ ਗਈਆਂ। ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਮੈਸੇਜ ਦਾ ਸੋਰਸ ਤਾਂ ਪਤਾ ਲੱਗਣਾ ਚਾਹੀਦਾ ਕਿ ਆਖਿਰਕਾਰ ਇਸ ਮੈਸੇਜ ਦੀ ਸ਼ੁਰੂਆਤ ਕਿੱਥੋਂ ਹੋਈ ਹੈ। ਤਾਂ ਦੱਸ ਦਈਏ ਕਿ ਜਿਹੜੇ ਆਈਟੀ ਐਕਟ ਦੇ ਨਵੇਂ ਕਾਨੂੰਨ ਨੇ ਜਾਂ ਜਿਹੜੇ ਕੁਝ ਬਦਲਾਵ ਹੋਏ ਨੇ 2021 ਦੇ ਵਿੱਚ, ਉਹਨਾਂ ਬਦਲਾਵਾਂ ਦੇ ਖਿਲਾਫ ਵਟਸਐਪ ਦੇ ਵੱਲੋਂ ਇਹ ਜੋ ਅਪੀਲ ਹੈ ਉਹ ਪਾਈ ਗਈ ਸੀ, ਜਿਸ ਤੋਂ ਬਾਅਦ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚਦਾ। ਤਾਂ ਹਾਈ ਕੋਰਟ ਦੇ ਵਿੱਚ ਵਟਸਐਪ ਦੇ ਵਕੀਲਾਂ ਦਾ ਦੋ ਟੁਕ ਜਵਾਬ ਕਿ ਜੇਕਰ ਤੁਸੀਂ ਸਾਡੇ ਉੱਤੇ ਜ਼ਿਆਦਾ ਦਬਾਅ ਬਣਾਇਆ ਤਾਂ ਅਸੀਂ ਭਾਰਤ ਦੇ ਵਿੱਚ ਆਪਣੀ ਸਰਵਿਸ ਬੰਦ ਕਰ ਦੇਵਾਂਗੇ। ਜੇਕਰ ਭਾਰਤ ਦੇ ਵਿੱਚ ਵਟਸਐਪ ਦੀ ਸਰਵਿਸ
ਬੰਦ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਬਿਜ਼ਨਸ ਠੱਪ ਹੋ ਸਕਦੇ ਨੇ, ਕਿਉਂਕਿ ਅੱਜ ਕੱਲ੍ਹ ਚਾਹੇ ਆਫਿਸ ਦੀ ਗੱਲ ਕਰ ਲਈਏ, ਕਾਲਜ ਕਲਾਸਿਸ ਦੀ ਗੱਲ ਕਰ ਲਈਏ, ਤਾਂ ਵਟਸਐਪ ਦੇ ਉੱਤੇ ਬਹੁਤ ਸਾਰੇ ਗਰੁੱਪਸ ਹੁੰਦੇ ਨੇ ਔਰ ਚੈਨਲਸ ਵੀ ਕਈ ਲੋਕਾਂ ਦੇ ਵੱਲੋਂ ਵਟਸਐਪ ਦੇ ਉੱਤੇ ਸਟਾਰਟ ਕੀਤੇ ਗਏ। ਤਾਂ ਇਸ ਤਰੀਕੇ ਦੇ ਨਾਲ ਇੱਕ ਵਰਗ ਜਿਹੜਾ ਵਟਸਐਪ ਦੇ ਉੱਤੇ ਬਿਜ਼ਨਸ ਕਰ ਰਿਹਾ, ਉਹਨਾਂ ਦੇ ਉੱਤੇ ਵੀ ਖਤਰਾ ਮੰਡਰਾ ਸਕਦਾ ਜੇਕਰ ਵਟਸਐਪ ਆਪਣੀ ਸਰਵਿਸ ਭਾਰਤ ਦੇ ਵਿੱਚ ਬੰਦ ਕਰ ਦਿੰਦਾ, ਕਿਉਂਕਿ ਵਟਸਐਪ ਇੱਕ ਜ਼ਰੀਆ ਹੈ ਕਾਲ ਔਰ ਵੀਡੀਓ ਕਾਲ ਦਾ, ਜਿਸ ਨਾਲ ਅਸੀਂ ਆਪਣੇ ਦੂਰ ਦੁਰਾਡੇ ਬੈਠੇ ਹੋਏ ਵੀ ਸਕੇ ਸੰਬੰਧੀਆਂ ਦੇ ਨਾਲ ਸੰਪਰਕ ਕਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਪਰ ਜੇਕਰ ਵਟਸਐਪ ਦੀ ਸਰਵਿਸ ਬੰਦ ਹੋ ਗਈ ਤਾਂ ਉਹ ਸਾਰੀਆਂ ਸਰਵਿਸ ਵੀ ਬੰਦ ਹੋ ਜਾਣਗੀਆਂ। ਹਾਲਾਂਕਿ ਹੁਣ ਇਹ ਵੀ ਵਟਸਐਪ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਇਹਨਾਂ ਨਿਯਮਾਂ ਦੇ ਵਿੱਚ ਤਬਦੀਲੀ ਕਰਨੀ ਸੀ, ਇਹਨਾਂ ਨੂੰ ਚੇਂਜ ਕਰਨਾ ਸੀ, ਕੋਈ ਗੱਲਬਾਤ ਹੀ ਨਹੀਂ ਕੀਤੀ ਗਈ ਔਰ ਅਸੀਂ ਵਿੱਚ ਦਾ ਕੋਈ ਰਸਤਾ ਕੱਢ ਰਹੇ ਹਾਂ ਜਿਸ ਦੇ ਨਾਲ ਸਾਡੇ ਯੂਜ਼ਰਸ ਦਾ ਡਾਟਾ ਵੀ ਪ੍ਰੋਟੈਕਟ ਰਹੇ ਅਤੇ ਸਰਕਾਰ ਨੇ ਜਿਹੜੇ ਨਵੇਂ ਨਿਯਮ ਬਣਾਏ ਨੇ ਉਹਨਾਂ ਦੀ ਵੀ ਉਲੰਘਣਾ ਨਾ ਹੋਵੇ। ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਅਗਸਤ ਮਹੀਨੇ ਇਸ ਪੂਰੇ ਮਾਮਲੇ ਦੀ ਹੇਅਰਿੰਗ ਹੈ, ਅਗਸਤ ਮਹੀਨੇ ਸਰਕਾਰੀ ਵਕੀਲ ਕੀ ਦਲੀਲ ਦਿੰਦੇ ਨੇ ਅਤੇ ਵਟਸਐਪ ਵਾਲੇ ਪਾਸੇ ਤੋਂ ਕੀ ਦਲੀਲ ਨਿਕਲ ਕੇ ਸਾਹਮਣੇ ਆਉਂਦੀ ਹੈ।